ਸਵਰਗਸੀ ਸੇਖ ਸਿੰਘੀ ਜਥੇਦਾਰ ਉਹਨਾਂ ਦੇ ਪਰਿਵਾਰ ਦੇ ਬਹੁਤ ਵੱਡੇ ਯੋਗਦਾਨ ਦੀ ਉੱਥੇ ਸਾਡੇ ਸਤਿਕਾਰਯੋਗ ਹਰਦੇਵ ਸਿੰਘ ਜੀ ਪਟਵਾਰੀ ਸਵਰਗਸੀ ਮਹਿੰਦਰ ਸਿੰਘ ਜੀ ਗਾੜੀ ਕੇ ਉਹਨਾਂ ਦੇ ਪਰਿਵਾਰ ਵੱਲੋਂ ਵੱਡੇ ਯੋਗਦਾਨ ਪਾਏ ਗਏ ਨੇ ਸਰਦਾਰ ਜਸਵੀਰ ਸਿੰਘ ਜੀ ਬਾਹਰ ਕੋਟੇ ਲੱਗੀ ਨਾਲ ਬਿੱਟੀ ਗੋਲ ਜੀ ਬਹੁਤ ਹੀ ਸਤਿਕਾਰਯੋਗ ਸੇਖੀ ਅਗਲੀ ਇਸ ਖੇਡ ਮੇਲੇ ਦੀ ਬਿੱਟੀ ਗੋਲ ਜੀ ਦਾ ਗੋਇਲ ਜੀ ਦਾ ਬਹੁਤ ਬਹੁਤ ਧੰਨਵਾਦ ਵਿੰਦਰ ਸਿੰਘ ਜੀ ਭੁੱਲਰ ਜੀਵਨ ਗਿੱਲ ਜੀ ਲਵਪ੍ਰੀਤ ਸਿੰਘ ਜੀ ਬਾਗੂ ਕਲਵੰਤ ਜੀ ਨਾਲ ਕੋਨੀ ਗਿੱਲ ਜੀ ਜੂਆ ਸਿੰਘ ਗੁਰਜੀ ਸਿੰਘ ਜੀ ਮਲੀਨਾ ਬਾਬਾ ਗੁਰਭਿੰਦਰ ਸਿੰਘ ਜੀ ਪਿਤਭਾਨ ਸਿੰਘ ਜੀ ਨਾਲ ਰਾਹੁਲ ਸਾਡੇ ਸਰਕਾਰ ਜੋ ਗੁਰਪ੍ਰੀਤ ਭੱਬਰ ਜੀ ਔਰ ਨਾਲ ਸਵਰਗਵਾਸੀ ਲਖਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਬਹੁਤ ਵੱਡੇ ਯੋਗਦਾਨ ਨੇ ਵਿੰਦਰ ਸਿੰਘ ਜੀ ਵੀਰ ਜਿਹੜੇ ਕਿ ਦੀਨਾ ਬਰਾੜ ਜੀ ਇਹਨਾਂ ਸਾਰੇ ਹੀ ਸਰਕਾਰ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਜੁੜੀਏ ਖੇਡ ਕਬੱਡੀ ਦੇ ਨਾਲ ਸਮੁੱਚੇ ਨਗਰ ਦੀਆਂ ਤਿੰਨ ਪੰਚਾਇਤਾਂ ਜਿਹੜੀਆਂ ਉਹ ਵੀ ਸਟੇਜ ਤੇ ਬਰਾਜਮਾਨ ਨੇ ਔਰ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਪੁੱਜੇ ਸਾਰੇ ਹੀ ਦਰਸ਼ਕੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਮਾਨਸਿਰ ਕਬੱਡੀ ਦੀ ਰਾਣਕ ਨੂੰ ਵਧਾਉਣ ਲਈ ਅੱਜ ਪੁੱਜੇ ਨੇ ਔਰ ਸਵਾਲ ਲੈਣਗੇ ਇਸ ਖੇਡ ਕਬੱਡੀ ਦਾ ਨਾਲ ਚੱਲਦਾ ਰਿਹਾ ਮੈਚ ਕਹਿੰਦੇ ਵੀ ਇੱਕ ਪਾਸੇ ਚੰਦ ਨਵੇਂ ਦੀ ਟੀਮ ਹੈ ਮੇਰੇ ਵੀਰੋ ਤੇ ਦੂਸਰੇ ਪਾਸੇ ਜਿਹੜੀ ਟੀਮ ਪੁੱਟ ਗਈ ਹੈ ਉਹ ਗੁਰੂ ਸਰ ਗਿੱਲਦੀ ਹੈ ਪੁਰਾਣੇ ਵਾਂਗ ਸ਼ੋਸ਼ਕਰੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡ ਕਬੱਡੀ ਦਾ ਖੇਡਿਆ ਜਾ ਰਿਹਾ ਹੈ ਕਿ ਜਿਵੇਂ ਘਰਦੇ ਨੇ ਪੰਛੀ ਉਡਾਰੀ ਸਮਾਨਾਂ ਵਿੱਚ ਉਹਨੇ ਘਰਦੇ ਖਿਡਾਰੀ ਨੇ ਉਡਾਰੀ ਮੈਦਾਨਾਂ ਵਿੱਚ ਅੱਗੇ ਜਾਣਗੇ ਜੋਰ ਜਵਾਨਾਂ ਵਿੱਚ ਅੱਜ ਸਾਰਿਆਂ ਦੇ ਸਾਹਮਣੇ ਚੰਨ ਬਾਬੂ ਚੰਪੂ ਬਾਗੇ ਅੱਜ ਸਾਰਿਆਂ ਦੇ ਸਾਹਮਣੇ ਅੱਜ ਕਹਿੰਦੇ ਦੁਨੀਆਂ ਦੇ ਸੁਪਰ ਸਟਾਰਾਂ ਦੀ ਟੱਕਰ ਹੋਣੀ ਹੈ ਇਸ ਖੇਡ ਗਰਾਊਂਡ ਦੇ ਵਿੱਚ ਨਾਲ ਸੋ ਕਿ ਖੁੱਚ ਪੱਟੜੀ ਤੇ ਵੜੀ ਅਸੀਂ ਲਾਉਣੀ ਹੈ ਕਬੱਡੀ ਵਿੱਚ ਢਾਹ ਕਰੋ ਦਸ ਦੇਵਤਾ ਦੇ ਨਾਲ ਸਭ ਲੱਗ ਕੇ ਖਾ ਕੇ ਚਰਾਕ ਵਿੱਚੋਂ ਚੰਦ ਨਵੀਂ ਦੀ ਧਰਤੀ ਦਾ ਨੌਜਵਾਨ ਜਾਫੀ ਬਹੁਤ ਹੀ ਸਿਰ ਰੱਖਾ ਲਾ ਕੇ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਇਧਰ ਨੌਜਵਾਨ ਧਾਵੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਿ ਲੱਭ ਜਾਂਦੀ ਭੁੱਖ ਦੇ ਇੱਕ ਫੋਟੇ ਹੋਏ ਸਰੀਰਾਂ ਨੂੰ ਚੁੰਮਦੀ ਹੈ ਚਿੱਤ ਪੈਰ ਆਣ ਕੇ ਕਿਰਾਂ ਨੂੰ ਵੇਟ ਨਾਲ ਦੇ ਜਿੰਮਾਂ ਦੇ ਵਿੱਚ ਜਾ ਕੇ ਤੇ ਹੋਰ ਮਜ਼ਬੂਤ ਅੱਡੀਆਂ ਕਰਦੇ ਮਿਹਨਤ ਦਾ ਖੁਰਾਕਾ ਖਾ ਕੇ ਖੁੱਲੀਆਂ ਤੇ ਮਾਰਦੇ ਆ ਮੱਲਾਂ ਵੱਡੀਆਂ ਅੱਜ ਵੱਡੀਆਂ ਮੱਲਾਂ ਮੇਰੇ ਵੀਰੋ ਦਾ ਖੇਡ ਗਰਾਊਂਡਾਂ ਵਿੱਚ ਮਾਰਨਗੇ ਕਬੱਡੀ ਦਾ ਕਹਿੰਦੇ ਮੇਰੇ ਵੀਰੋ ਸਾਰੇ ਇਲਾਕਾ ਦੁਨੀਆਂ ਦੇ ਸੁਪਰ ਸਟਾਰ ਖਿਡਾਰੀ ਇਸ ਇਲਾਕੇ ਦੇ ਪੈਦਾ ਕੀਤੇ ਆ ਇਸ ਨਗਰ ਦੇ ਪੈਦਾ ਕੀਤੇ ਆ ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਗੁਰੂ ਸਰ ਗਿੱਲਦਾ ਨਵਜੀਤ ਕਬਰੂ ਕਬੱਡੀ ਪਾਉਣ ਦੇ ਲਈ ਬੰਦਾ ਆਇਆ ਹੈ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾਗੇ ਪੂਰਾ ਧਾਨ ਵਿੱਚੋਂ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਵਿੱਚੋਂ ਮਾਣਕ ਨਾਮ ਹੈ ਨਵਜੀਤ ਜਾਫੀ ਦਾ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਇਸ ਵੇਲੇ ਦੇਵ ਦਿਆਲ ਹੋਣ ਵਾਲਾ ਫੈਸਲਾ ਕਰਦਾ ਵੀ ਇਹ ਪੁਆਇੰਟ ਜਿਹੜਾ ਜਾਫੀ ਦੇ ਇਸੇ ਐਡਜਸਟ ਹੁੰਦਾ ਹੋਇਆ ਜੱਸੀ ਚੱਦ ਨਵੇਂ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਿੱਟੀਆਂ ਦੀਆਂ ਪਾ ਦੀਆਂ ਫੋਟੀਆਂ ਵਰਗੀ ਧੁੱਪ ਮੇਰੇ ਵੀਰੋ ਜਿਹੜੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਆ ਸੂਰਜ ਲੈਂਦਾ ਵੀ ਆਪਣੀ ਗਰਮੀ ਦਾ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੋਇਆ ਪਰ ਇਸ ਵੇਲੇ ਖੇਡ ਗਰਾਊਂਡ ਦੇ ਵਿੱਚ ਨੌਜਵਾਨ ਜੱਸੀ ਚੱਦ ਨਵੇਂ ਦਾ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਲਈ ਐਡਜਸਟ ਕਰਦਾ ਤਾਂ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਵਿੱਚ ਪਈ ਹੋਈ ਚਾਰ ਜਾਫੀ ਬਿਲਕੁਲ ਤਿਆਰ ਨੇ ਕਿ ਆ ਗਿਆ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਚਾਰੋਂ ਪਾਟੀਆਂ ਸ਼ਿਕਾਰੀਆਂ ਲੱਗੂਗਾ ਮੈਦਾਨ ਵਿੱਚ ਜੋਰ ਚੋਟੀ ਹੈ ਜੀ ਦਾ ਕੌਡੀ ਧੋਰੀ ਦਾ ਬੰਦੇ ਜਿਹਨੂੰ ਲੰਘੇ ਕਬੱਡੀ ਦਾ ਕੌਡੀ ਧੋਰੀ ਜਿਹਨਾਂ ਨੂੰ ਇਸ਼ਕ ਲੱਗੇ ਇਸ ਖੇਡ ਕਬੱਡੀ ਦਾ ਸਮੁੱਚੇ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਨੇ ਐਂਡ ਰੂਲ ਦੇ ਵੀਰੋ ਜਿਹੜੇ ਕਬੱਡੀ ਦੇ ਨਿਯਮ ਨੇ ਉਹ ਇਤਵਿੰਦ ਲਾਗੂ ਨੇ ਚੜਿਕ ਦੇ ਖੇਡ ਗਰਾਊਂਡਾਂ ਵਿੱਚ ਉਧਰ ਬਹੁਤ ਹੀ ਸੋਹ ਦੱਸਾ ਲਾ ਕੇ ਨੌਜਵਾਨ ਆਪਣੀ ਟੀਮ ਲਈ ਲੱਖਾਂ ਦਾ ਪੁਆਇੰਟ ਜੋੜਦਾ ਹੈ ਆਪਣੀ ਟੀਮ ਲਈ ਜੋੜ ਦਿੱਤਾ ਹੈ ਸ਼ੋਸ਼ਿਤ ਤੇ ਪੁਰਾਣੇ ਵਾਲ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡਿਆ ਜਾਣਾ ਉਸ ਤੋਂ ਬਾਅਦ ਲੰਡਨ ਤੇ ਜੰਗੀਆਂ ਦਾ ਇਹ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ ਲੰਡਨ ਤੇ ਜੰਗੀਆਂ ਦਾ ਮੈਚ ਸਮਾਪਤ ਹੈ ਕਿਹੜੀ ਟੀਮ ਜੋਤੂ ਹੈ ਜੀ ਲੰਡੇ ਤੇ ਜੰਗੀ ਆਣਾ
ਜਿਹੜਾ ਵੀ ਪਲੇਅਰ ਤਿਆਰ ਰਹਿਣ ਲੜੇ ਤੇ ਜਿੱਤਿਆ। ਹੈਲੋ ਅਗਜੀ ਦੌਰ ਕਰਿਆ ਇਸ ਮੈਚ ਤੋਂ ਬਾਅਦ ਲੜਕਾ ਜੋ ਮਸਤਰ ਪਾਸ਼ੇ ਜੀ ਕੇਵਲ ਵਾਲਾ 33 ਪਿੰਡਾਂ ਦੇ ਵਿੱਚ 33 ਪਿੰਡਾਂ ਦੇ ਵਿੱਚ ਮੇਰੇ ਵੀਰੋ ਕੇਵਲ ਨੈਟਵਰਕ ਰਾਹੀਂ ਅੱਜ ਦਾ ਟੂਰਨਾਮੈਂਟ ਲਾਈਵ ਕਰ ਰਹੇ ਨੇ। ਪਾਲ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੁਰਾਣੇ ਵਾਲਾ ਤੇ ਸ਼ੁਸ਼ਕ ਦੀਆਂ ਟੀਮਾਂ ਦੇ ਦਰਮਿਆਨ ਇਸ ਦੇ ਮੁਕਾਬਲਾ ਜਿਹੜਾ ਫਿਰ ਕਬੱਡੀ ਦਾ ਸ਼ੁਰੂ ਹੋ ਜਾ ਰਿਹਾ ਹੈ। ਇੱਕ ਪਾਸੇ ਕਹਿੰਦੇ ਟੀਮ ਜਿਹੜੀ ਪੁਰਾਣੇ ਵਾਲੇ ਦੀ ਹੈ ਕਦੇ ਛੇ ਨਵੇਂ ਦੇ ਬੁਝੇ ਕੌਣ ਥੱਲੇ ਤੋਂ
चिड़िया चिड़िया ने चिड़िया का की बड़ा
ਵੱਡਾ ਰੁਤਬਾ ਇਹ ਕਮਾ ਲਿਆ ਇਹਨਾਂ ਲੜਕੀਆਂ ਨੇ ਮੇਰੇ ਵੀਰੋ ਇਸ ਪੱਖੋਂ ਜਿਹੜੀਆਂ ਲੜਕੀਆਂ ਅੱਜ ਦੇ ਯੁੱਗ ਦੇ ਵਿੱਚ ਪਛਾਣ ਨਹੀਂ ਕੁੱਲੇ ਚੌਕਤ ਤੋਂ ਉੱਠ ਕੇ ਇੱਕ ਵੱਡਾ ਰੁਤਬਾ ਇਹਨਾਂ ਲੜਕੀਆਂ ਨੇ ਪ੍ਰਾਪਤ ਕੀਤਾ ਔਰ ਮੈਂ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਜੀ ਕਲੱਬ ਜਿਹੜੇ ਕਿ ਤਰਫੋਂ ਇਹਨਾਂ ਲੜਕੀਆਂ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਕਬੱਡੀ ਨੂੰ ਵਰਲਡ ਲੈਵਲ ਤੇ ਲਿਜਾ ਕੇ ਇੱਕ ਵੱਖਰਾ ਜਿਹਾ ਰਿਕਾਰਡ ਕਾਇਮ ਕੀਤਾ ਔਰ ਪੰਜਾਬ ਦਾ ਨਹੀਂ ਪੂਰੇ ਵਰਲਡ ਦਾ ਵੀ ਨਾਂ ਜਿਹੜਾ ਇਹਨਾਂ ਨੇ ਉੱਚਾ ਕਰ ਦਿੱਤਾ ਸਾਹਮਣੇ ਪਹਿਲੀ ਹੋਈ ਕਬੱਡੀ ਫੜਿਆ ਹੋਇਆ ਜਿੱਤਾ ਔਰ ਦੇਖਣੇ ਵੀ ਅੱਜ ਦੀ ਇਹ ਖੇਡ ਕੀ ਰੰਗ ਲਿਆਵੇਗੀ ਅੱਜ ਦੇ ਖੇਡ ਵੇਲੇ ਤੇ ਔਰ ਬਹੁਤ ਹੀ ਸ਼ਾਨਦਾਰ ਪੁਆਇੰਟ ਹੈਲੋ सरपंच सुरजीत सिंह जी दोनों टीमों के लिए बड़े मान भेजते हैं सरपंच सुरजीत सिंह जी और सरदार गुरमेल सिंह जी शिंदा सिंह जी श्री बाबा खुशहाल सिंह गुरद्वारा प्रबंधक कमेटी के प्रधान साहब दोनों टीमों के लिए बहुत सारा मान भेजते हैं धन्यवाद करते हैं हाँ जी ला जी सामने पई हुई कबड्डी बहुत ही बेहतरीन रेड है मेरे जगतपुर की टीम साढ़े कोच साहबान विशेष तौर पर पहुंचे ने हर हर कबड्डी कप की शान बनते ने और कलविंदर फिर कबड्डी पाई हुई मुंडिया वाला स्टाइल मेरे वीडियो उस तरह बाह फैला रही हुई और उस तरह झपका बजदिया ने चानिया बजदिया ने कदों जब हुई हुई है देख रहे हैं बी के हिस्से में पहाड़ जाएगा और अंक जोड़ा तमन्ना होती है कि मैं जित के जावा और मेरा दुनिया से ना चमके और मेरी भी जी इलेक्शन है वर्ल्ड कबड्डी कप के लिए हो गए जड़िया लड़कियां हाले तक वर्ल्ड कबड्डी कप नहीं खेडिया लड़कियां भी जदों तक मेहनत कर दिया नहीं कि साडा भी जिहड़ा नाव है वर्ल्ड कबड्डी कप के लिए ना चुनिया जाए ताकि सरकार वालों बन का मान सानू भी दिता जाए सिंह जी लंबरदार दोनों टीमों के लिए बहुत सारा मान सत्कार भेज रहे बहुत बहुत धन्यवाद करते हैं हाँ जी शुक्र लाल जी मान सम्मान के नाल बहुत वड्डी गल है एक हौसला बढ़ जाता है इन्हां लड़कियों का और कितना लाइक करते हैं आप आज की इस खेड को जो तुम्हें लड़कियों के मैच कबड्डी में चंगे लगते हैं एक बार जो तारी मार दो हौसला बहुत वड्डी चीज होंगी लाल जी का प्यार ते सत्कार दे नाल अज दे खेड वेले जिहड़े आप मैं टकरे जगीर 200 रुपए का बड़ा मान भेजते हैं दोनों टीमों के लिए धन्यवाद करते हैं हाँ जी सुखर ला जी सामने चुटकी हुई विरोधी के बिरे हर चाह पैणा के देखना है भी कौन ज्यादा मेहनत करके आई अब इस खेड मेले के लिए और जेड़े कहते हैं मेरे वीडियो स्पैशल जी बुकिंग हुई है और उस बुकिंग का जोड़ा अच्छा आप मैच रख रहे हैं अखी मिठा हाल है मेरे वीडियो सामने
ਸਾਰੀ ਹੋਈ ਕਬੱਡੀ ਜੋਸ਼ ਤੇ ਜਵਾਨੀ ਵਾਲੇ ਇਹ ਮੁਕਾਬਲੇ ਦੇ ਮੇਰੇ ਵੀਰੋ ਚੜ੍ਹਦੀ ਜਵਾਨੀ ਹੋਵੇ ਧਾਰ ਅੱਖੋਂ ਫੁੱਲ ਹੋਵੇ ਨਸ਼ਾ ਨਾ ਕੋਈ ਖਾਂਦਾ ਹੋਵੇ ਜਾਂ ਜੱਟ ਦੱਸਿਆ ਜਾਂਦਾ ਕਿੰਨੇ ਅੰਕ ਜਿਹੜੇ ਪ੍ਰਾਪਤ ਹੋ ਚੁੱਕੇ ਨੇ ਖਾਸ ਤੌਰ ਦੇ ਵਿੱਚ ਦੱਸਿਆ ਇਹ ਲੱਸੀ ਮਾੜਾ ਜਿਹਾ ਰਾਬਤਾ ਕਾਇਮ ਕਰਕੇ ਔਰ ਮੈਂ ਮੁਬਾਰਕਬਾਦ ਦਿੰਦਾ ਹਾਂ ਕੋਟ ਸਾਹਿਬਾਨ ਨੂੰ ਜੋ ਲੜਕੀਆਂ ਦੀ ਸੁਰੱਖਿਆ ਟੀਮ ਦੇ ਨਾਲ ਆਏ ਨੇ ਔਰ ਗੁਰੂ ਗੋਬਿੰਦ ਸਿੰਘ ਕੋਟਲੀ ਖਾਨ ਸਿੰਘ ਵਾਲਾ ਕਬੱਡੀ ਅਕੈਡਮੀ ਦੇ ਜਿਹੜੇ ਪੁਆਇੰਟ ਨੇ 12.5 ਔਰ ਜਾਜਪੁਰ ਕਬੱਡੀ ਅਕੈਡਮੀ ਦੇ ਪੁਆਇੰਟ ਨੇ 13 ਔਰ ਸਾਡੇ ਵੀਰ ਬਾਂਸਲ ਕਮਿਸ਼ਨ ਅਜੰਟ ਦੋਨਾਂ ਟੀਮਾਂ ਦੇ ਲਈ ਵੱਡੇ ਮਾਣ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਂਸਲ ਕਮਿਸ਼ਨ ਅਜੰਟ ਦੋਨਾਂ ਟੀਮਾਂ ਦੇ ਲਈ ਬਹੁਤ ਸਾਰਾ ਮਾਣ ਜਿਹੜਾ ਭੇਜਦੇ ਨੇ ਧੰਨਵਾਦ ਕਰਦੇ ਹਾਂ ਹਾਂਜੀ ਹਾਫ ਟਾਈਮ ਤੋਂ ਬਾਅਦ ਜਿਹੜਾ ਇਹ ਮੁਕਾਬਲਾ ਫਿਰ ਸ਼ੁਰੂ ਹੋ ਚੁੱਕਾ ਹੈ ਔਰ ਜਿੰਨਾ ਸਮਾਂ ਬੀਤ ਚੁੱਕਾ ਹੈ ਉਹਨਾਂ ਸਮਾਂ ਹਜੇ ਬਾਕੀ ਹੈ ਮੇਰੇ ਦੋਸਤੋ ਔਰ ਦੇਖਣਾ ਹੈ ਵੀ ਉਸੇ ਤਰ੍ਹਾਂ ਝਾਕਾ ਦੇਤਾ ਚਾਨਣੀ ਰਾਤ ਦੇ ਵਿੱਚ ਸਿਤਾਰਾ ਵੀ ਬਹੁਤ ਹੁੰਦਾ ਹੈ ਰੁਕਣ ਨੂੰ ਰੁਕਣ ਦੇ ਲਈ ਸਹੀ ਇਸ਼ਾਰਾ ਵੀ ਬਹੁਤ ਹੁੰਦਾ ਹੈ ਇਸ਼ਾਰਾ ਕੀਤਾ ਸਾਡੇ ਕੰਡੀਆਂ ਦੇ ਸਟਾਪਰ ਨੇ ਪਰ ਕਾਮ ਪ੍ਰਾਪਤੀ ਹੋਇਆ ਸਰਬਜੀਤ ਸਿੰਘ ਬਟੂਆ ਬੋਲਣ ਤੋਂ ਖੁਸ਼ ਹੋ ਗਏ ਬੜੇ ਮਾਣ ਦੇ ਬਹੁਤ ਬਹੁਤ ਧੰਨਵਾਦ ਸਰਬਜੀਤ ਸਿੰਘ ਬਟੂਆ ਕਲਵਿੰਦਰ ਬਹੁਤ ਹੀ ਸੋਹਣੀ ਖੇਡ ਖੇਡਦੀ ਹੈ ਔਰ ਕਈ ਵਾਰੀ ਪੀਟੀਸੀ ਜੋ ਵਾਲਿਆਂ ਨੂੰ ਇੰਟਰਵਿਊ ਦੇ ਇਸ ਲੜਕੀ ਨੇ ਦਿੱਤੀ ਹੈ ਕਪਤਾਨੀ ਤੌਰ ਤੇ ਔਰ ਬਹੁਤ ਹੀ ਵਧੀਆ ਲੈਕਚਰ ਹੈ ਇਸ ਲੜਕੀ ਦਾ ਔਰ ਖੇਡਾਂ ਦੇ ਵਿੱਚ ਵੀ ਪਹਿਲਾ ਹਾਸਲ ਪ੍ਰਾਪਤ ਕੀਤਾ ਹੈ ਔਰ ਸਾਹਮਣੇ ਮੇਰੇ ਵੀਰੋ ਵੇਖੋ ਫੁੱਲ ਕਬੱਡੀ ਪੈਂਦੀ ਹੋਈ ਚੁੱਕ ਚੁੱਕ ਕੇ ਪੈਂਦੀ ਹੋਈ ਕਬੱਡੀ ਨੂੰ ਅੱਜ ਹੋਰ ਸਲਾਮਾਂ ਜੀ ਅੱਜ ਸਲਾਮ ਹੈ ਸਦਾ ਖੇਡ ਕਬੱਡੀ ਦੀ ਚਾਹੇ ਮੁੰਡਿਆਂ ਦੇ ਵਿੱਚ ਖੇਡੀ ਜਾਂਦੀ ਹੈ ਚਾਹੇ ਲੜਕੀਆਂ ਦੇ ਵਿੱਚ ਖੇਡੀ ਜਾਂਦੀ ਹੈ ਔਰ ਮੇਰੇ ਵੀਰੋ ਇਹਨਾਂ ਗਰਾਊਂਡਾਂ ਦੇ ਵਿੱਚ ਖੇਡੀ ਜਾਂਦੀ ਕਬੱਡੀ ਕੱਖਾਂ ਤੋਂ ਲੱਖਾਂ ਦੀ ਲੱਖਾਂ ਤੋਂ ਕਰੋੜਾਂ ਦੀ ਹੁਣ 2 ਕਰੋੜ ਦੀ ਕਬੱਡੀ ਜਿਹੜੀ ਹੋ ਚੁੱਕੀ ਹੈ ਔਰ ਸਾਹਮਣੇ ਫਿਰ ਕਬੱਡੀ ਪਾਉਂਦੀ ਹੋਈ ਇਹ ਕੋਟਲੀ ਖਾਨ ਸਿੰਘ ਦੀ ਤਰਫੋਂ ਪੰਜਾਬ ਦੀ ਸ਼ੇਰਬੱਤੀ ਫੜਿਆ ਖੇਡੋ ਨੀ ਕਹਿੰਦੀ ਹੁਣ ਛੋਟੋ ਹੁਣ ਕਿੱਥੇ ਜਾਏਗੀ ਕੈਂਚੀ ਲਾ ਦਿੱਤੀ ਹੈ ਆਹ ਜਦ ਫੜੀ ਹੋਵੇ ਕੈਂਚੀ ਜਦ ਲੜੀ ਹੋਵੇ ਰੱਬ ਹੀ ਜੇਤੇ ਆਉਂਦਾ ਫਿਰ ਇਹੋ ਜਿਹੀ ਟਾਈਮ ਤੇ ਸਾਹਮਣੇ ਪਈ ਹੋਈ ਕਬੱਡੀ ਫਿਰ ਅੱਪੀ ਬਾਹਰ ਮੇਰੇ ਵੀਰੋ ਅੱਗੇ ਨੂੰ ਵੱਧਦੀ ਹੋਈ ਔਰ ਦੇਖਣਾ ਵੀ ਇਹਨਾਂ ਚੌਂ ਦੇ ਵਿੱਚੋਂ ਇਹਦੀ ਅੱਖ ਬਾਜ ਵਗੀ ਹੈ ਔਰ ਝਾਕਾ ਦਿੱਤਾ ਹੈ ਔਰ ਗੁਰਜੰਟ ਸਿੰਘ ਜੀ ਲੰਬੜਦਾਰ ਦੋਨਾਂ ਟੀਮਾਂ ਦੇ ਲਈ 100 ਰੁਪਏ ਦੇ ਬੜੇ ਮਾਣ ਭੇਜਦੇ ਨੇ ਗੁਰਜੰਟ ਸਿੰਘ ਜੀ ਲੰਬੜਦਾਰ ਸਾਹਿਬ ਦੋਨਾਂ ਟੀਮਾਂ ਦੇ ਲਈ 100-100 ਰੁਪਏ ਦੇ ਬੜੇ ਮਾਣ ਭੇਜਦੇ ਨੇ ਧੰਨਵਾਦ ਕਰਦੇ ਹਾਂ ਹਾਂਜੀ ਸੁਖਾ ਜੀ ਹੋਇਆ ਨਾ ਕਲੀਅਰ ਨਹੀਂ ਨਾ ਜੀ ਜੂਮ ਕਰ ਮੜਾ ਜਾ ਨੇੜੇ ਹੋ ਜਾਇਆ ਕਰਨਾ ਵੀ ਨਾ ਚੰਗਾ ਚੰਗਾ ਪਿਛਲੇ ਗੱਡੀ ਦੇ ਨਾਲ ਸਨਮਾਨਿਤ ਹੋਇਆ ਮੋਟਰਸਾਈਕਲ ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਖਾਨ ਸਿੰਘ ਦੇ ਪੁਆਇੰਟ ਨੇ 23 ਕੈਲਗਰੀ ਵਿੱਚ ਸਾਹਮਣੇ ਡਿੱਗ ਗਏ ਨਾਲ ਸਤਨਾਮ ਸਿੰਘ ਕਬੱਡੀ ਪਾ ਰਿਹਾ ਹੈ ਚਾਰ
ਪਾਸੇ ਵਿੱਚ ਕੌਣ ਫੁੱਟ ਫੜਦਾ ਕੌਣ ਲੱਤੀ ਲੱਗਦਾ ਕੌਣ ਮੂਰੇ ਕੇ ਕਰਾਰ ਟਾਈਮ ਆਪਣੀ ਟੀਮ ਨੇ ਲੱਖਾਂ ਦਾ ਪਵਾਉਣ ਦਿੱਤਾ ਲੰਡਿਆ ਵਾਲਾ ਤਾਰ ਦੇ ਵੀਰ ਪੂਰੀ ਕੋਸ਼ਿਸ਼ ਕਰ ਰਿਹਾ ਨਾਲ ਦੇ ਤਾਰੀ ਦੇ ਪਾਸੇ ਵੀਰ ਦੇ ਪੈਰ ਦਾ ਸਵਾਲ ਆ ਰਿਹਾ ਦੋਨੋਂ ਟੀਮਾਂ ਦੇ ਲੰਡਿਆਂ ਵਾਲਾ ਵਰਿੰਦਰ ਆਪਣੀ ਪਹਿਲੀ ਲੱਗ
ਦੇਖਾ ਦਾ ਪਲਾਨ ਜੁੜਦਾ ਹੈ ਲੱਖੇ ਵਰਗੇ ਪਰਸਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਬਾਹੂ ਸਤਨਾਮ ਸਿੰਘ ਅਗਲੀ ਕਬੱਡੀ ਪਾਉਂਦਾ ਹੋਇਆ ਵਰਿੰਦਰ ਦੇ ਵੀ ਸਾਥ ਹੈ ਬਾਬੀ ਕੈਨੇਡਾ ਕਾਲਾ ਕੈਨੇਡਾ ਸਾਡੇ ਵੀ ਭੇਜਦੇ ਨੇ ਧੰਨਵਾਦ ਕਰਦੇ ਹਾਂ अपनी टीम युद्ध पाने के लिए पूरी कोशिश करता कि लक्ष जानी भुख के युद्ध हुए शरीर चुनौतियां जित कर आन के खीर बेट बार युवा के जाके हूं मजबूत आदिया करते डोली भाई गंगा केवल क्लब सेका गोगीपुरा के दल वाला खुखराणा के डबरवाणा माणू की गिल इंद्रगढ़ ए मटवाणी इंद्रगढ़ रेशो भाई टीम जी भेजी टीम दरम्यान मैच खेले जाने हैं सतनाम सिंह कबड्डी पाने फिर खेल मैदान तगड़ा मैच खेडा जा रहा दोनों टीमों के दरम्यान उधर कहते इंग्लैंड भी खेडे नॉर्वे कनेडा भी खेडे जीवन यूएसए का साथ भेज रहे धन्यवाद करते हैं विक्की गोयल और जीवन
ਪੂਰੇ ਸਾਫ ਨਹੀਂ ਹੁੰਦੇ ਉਹਨਾਂ ਬਾਉਣ ਗਏ ਹੁਣ ਚੱਲ ਜਮਾ ਕਲੀਅਰ ਹਾਂਜੀ ਪੈਸੀ ਕੱਢੀ ਨੌਜਵਾਨ ਗੱਭਰੂ ਦੀ ਮੇਰੇ ਵੀਰੇ ਮਾਰੀ ਕਲਾਮ ਕਬੱਡੀ ਪਾ ਰਿਹਾ ਪੰਜਾਬੀ ਪੂਰੀ ਕੋਸ਼ਿਸ਼ ਕਰ ਰਿਹਾ ਪਰ ਬਦੀ ਕਲਾਰ ਕਰਦਾ ਸ਼ੇਰ ਦੀ ਨੀਂਦ ਤੇਰੀ ਹਾਂ ਜਮਾ ਕਲੀਅਰ ਕਰ ਅੱਖਾਂ ਦਾ ਬਾਣ ਜੁੜਦਾ ਹੋਇਆ ਇਹਦੇ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਲੱਖੀ ਲੱਖੀ ਤੇ ਕੇ ਖੇਡਦਾ ਭਾਵੇਂ ਮੱਖਣ ਡੀਪੀ ਦੀ ਗੱਲ ਆ ਮੇਰੇ ਵੀਰੇ ਭਾਵੇਂ ਬੱਲੀ ਵਰਗੇ ਬੱਡੀ ਦੇ ਸੁਪਰ ਸਟਾਰਾਂ ਦੀ ਗੱਲ ਤੇ ਕੇ ਪਿੰਡ ਨੇ ਬੜੇ ਮਸ਼ਹੂਰ ਖਿਡਾਰੀ ਕਰ ਕੀਤੇ ਆ ਇਹਦੇ ਨੌਜਵਾਨ ਗੱਭਰੂ ਲੱਖੀ ਬਾਲ ਸੋਹਣਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਦਲਵੀਰ ਸਿੰਘ ਸ਼ੇਰੋ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਖੜਾ ਹੋਇਆ ਖੇਡ ਖੇਡਾਂ ਵਿੱਚ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਪੂਰਾ ਮੈਦਾਨ ਵਿੱਚ ਕਬੱਡੀ ਪਗੜਾ ਪੰਜਾਬੀ ਦੀ ਸ਼ਾਨ ਵਿੱਚੋਂ ਸ਼ਾਨ ਹੈ ਕਬੱਡੀ ਜਿੱਤ ਯਾਦ ਚੱਲਦਾ ਹੋਇਆ ਮੁਕਾਬਲਾ ਦੋਨੋਂ ਗੱਭਰੂਆਂ ਦੇ ਦਰਮਿਆਨ ਖੇਡ ਗਰਾਊਂਡ ਦੇ ਵਿੱਚ ਚਿਰਕਰੀ ਧਰਤੀ ਫਾਈਨਲ ਮੈਚ ਕਬੱਡੀ 70 ਕਿਲੋ ਦਾ ਸ਼ੇਰੋ ਤੇ ਚਿਰਕਰੀ ਟੀਮਾਂ ਦੇ ਮੈਚ ਬਿਲਾਸਪੁਰ ਤੋਂ ਲੋਹਾਰ
ਖੋਗੜਾ
ਕਲਾ ਦੇ ਲਈ ਖੇਡਦਾ ਹੈ
और आजाद कबड्डी क्लब इवेंट वाले स्पॉन्सर करते हैं। इस गबरों को करमा आखते हैं। बराड़ परिवार का हीर सरदार गुरबख्श सिंह जी दिहाड़ा चिराग है गुरु जी। लंबा समा कड़ियाल का कबूत बन के खेडे है और समय फिर पटाके कहते हैं। छोटा पीर मेरे गुरु गुरप्रीत है स्पेशल देखा है।
आज बहुत तगड़ी कबड्डी खेली प्रीमियर और मुकाबला जरा थोड़े समय के अंदर शुरू हो जाएगा। सोनू ने भी जो बहुत ही बढ़िया खिलाड़ी चंद पुराने की धरती का संत बाबा रघुवीर सिंह जी का गाई है बारवा कबड्डी कप कबड्डी टूर्नामेंट पिंड साथू वाला बुग्गा विखे 27-22 जनवरी जो है 41,000-31,000 एक बल है 72 किलो एक बल 18,000-13 की गल है 62 किलो रेट टर्न 10-8 की गल 54 किलो एक बार 7-5 42 किलो लाहौर है 6,000-4,000 मोटा मॉडल ठीक है नोट कर लो 27-22-38 लाजू की पहली कबड्डी लखर ने पा दी है बहुत ही सोहनी खेड खेडते हुए लखर माले की तरफ ठंडे जो सुधार है खिलाड़ी बहना बहना करता हुआ आप दूजे पास से देख रहे हैं कि चार खिलाड़ी ने चारों 70 किलो वजन है 70 किलो का जब खाने ने और पॉइंट लखर के हिस्से जुड़ता हुआ और बाल घट दर्द बहुत ही वधिया कबड्डी खेली जाती है मत्था टेक दिता गुरु ने ला जी सामने पैनी हुई कबड्डी देख ली सोने नाज दिखाए जा रहे हैं चौं भरावां दे विच कहिंदे ने वी थन्ना साडा वीर बहुत ही मशहूर खिलाड़ी है अंबा ਗੱਲਾਂ ਦੀ ਧਰਤੀ ਹੁਣ ਦੇਖਣਾ ਵੀ ਅੰਦਰ ਦੇ ਨਾਲ ਹੱਥ ਜੁੜੀਆਂ ਹੋਈਆਂ ਨੇ ਸਰਦਾਰ ਕਰਮ ਸਿੰਘ ਦਾ ਲਾਡਲਾ ਪੁੱਤਰ ਜੋ ਪਿਤਾ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਲੱਗਾ ਰੱਬ ਨੂੰ ਕਹਿਣ ਮੰਗ ਮਾਰੇ ਤਾਰੀਆਂ ਸ਼ੇਰ ਨੂੰ ਦੇ ਜਾਪੀ ਇੰਦਾ ਤੈਨੂੰ ਇੱਕ ਵੱਡੀ ਕਾਉਣ ਦੇ ਲਾ ਜੀ ਇਹਨੂੰ ਗੋਲ ਦੀ ਆਖ ਦੇ ਨੇ ਗੋਲ ਦੀ ਤੇ ਰਨ ਨੂੰ ਦੋ ਭਰਾ ਦੇ ਮੇਰੇ ਖਿਆਲ ਤੋਂ ਬੱਬੂ ਦੇ ਨਾਲ ਵੀ ਡਬਲ ਟੱਚ ਜਿਹੜਾ ਹੋ ਗਿਆ ਲਾ ਜੀ ਫੱਕਰ ਬਾਬਾ ਦਾਮੂ ਸ਼ਾਹ ਜੀ ਲੋਹਾਰੇ ਦੀ ਧਰਤੀ ਤੇ 1,00,000 ਰੁਪਏ ਦਾ ਆਨ ਓਪਨ ਮੈਚ ਰੱਖਿਆ ਗਿਆ ਜਿਹਦਾ ਰਮਣਾ ਪਿੰਡਾਂ ਦਾ खतरा है मारे नहीं मरते सामने सुख आखी यार तेरा सुखा तेरे प्यार का इतना जेड़ा बिच साथ वाले बिच रहा जी दोस्त पक्के तौर पर कनेडा जा रहे हैं सामने ककना मेरे भी एदा पिता सरदार जिंद सिंह बड़ा मान करता है मेरे भी उस खिलाड़ी 25,000 रुपया जी रेट से लगे और
ਸਰਦੂ ਦੀ ਝੋਲੀ ਦੇ ਵਿੱਚ ਪਿਆ ਹੈ। ਦੇਖਣ ਨੂੰ ਮੇਰੇ ਵੀਰੋ ਮਦਰ ਆ ਗਿਆ ਪਰ ਬਹੁਤ ਸੋਹਣੀ ਕਬੱਡੀ ਖੇਡਦਾ ਇਹ ਘਟਨਾ ਮੇਰੇ ਵੀਰੋ। ਆ ਦੂਜੇ ਪਾਸੇ ਫਿਰ ਕਬੱਡੀ ਪੈਂਦੀ ਹੋਈ ਜੱਟ ਦੀ ਸ਼ੇਰ ਦੀ ਗੱਲ ਵੀ ਪਿਆ ਅੱਜ ਪਤਾ ਲੱਗ ਜਾਵੇਗਾ ਇੱਕ ਪਾਸੇ ਮਲਕੀਤਾ ਖੜਾ ਹੈ ਔਰ ਦੂਜੇ ਪਾਸੇ ਰਾਜੀ ਹੈ ਰਾਜੀ ਹੈ ਨਹੀਂ ਰਿਸਾ ਮਾਰ ਤੂਰ ਪਰਵਾਰ ਮੇਰੇ ਵੀਰੋ ਇਸ ਬਗੀਚੇ ਤੇ ਇਸ ਰਾਜੂ ਦੇ ਪਰ ਕਮਾਂਡ ਜਿਹੜਾ ਰੇਤ ਦੇ ਫੇਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਤਾਂ ਬੋਲੀ ਘਟਨਾ ਹੱਥ ਦੇ ਦੇ ਸਿੱਧੂ ਬਾਦੀ ਖੰਡੇ ਸੁਭਾਅ ਦਾ ਖਿਡਾਰੀ ਹੈ ਔਰ ਬੜੀ ਨਾਰ ਮੱਤੀ ਟੀਮ ਦੇ ਵਿੱਚ ਅੱਜ ਜਾ ਦਿਖਾ ਰਿਹਾ ਹੈ ਔਰ ਨਾਲ ਹੀ ਮੇਰੇ ਜੀ ਪਹਿਲਾਂ ਜਦ ਕਬੱਡੀ ਸ਼ੁਰੂ ਕੀਤੀ ਤੇ ਰਜਿੰਦਰ ਸਿੰਘ ਧਰੋਹਾ ਦੀ ਟੀਮ ਦੇ ਲਈ ਪਰਸ ਰਾਮਪੁਰ ਦੀ ਟੀਮ ਦੇ ਲਈ ਬਾਕੀ ਤਕੜੇ ਦੌਰ ਵਿਖਾਏ ਸੀ ਇਸ ਖਿਡਾਰੀ ਦੇ ਔਰ ਜਾ ਦਿਖਾਉਂਦਾ ਫਿਰ ਸਾਡਾ ਵੀਰ ਵੀ ਰੱਖਣਾ ਬਾਹਰ ਸਜਣਾ ਸਾਡਾ ਵੀਰ ਪੱਪੂ ਹਾਂ ਕਾਂਗਰਸ ਦਾ ਵੀਰ ਔਰ ਨਾਲ ਥੋੜਾ ਹਾਂ ਕਾਂਗਰਸ ਤੈਨੂੰ ਪਿਆਰ ਦੇ ਨਾਲ ਗੈਸਾ ਹੱਥੇ ਦੇ ਦੋਰੀ ਵੱਲ ਤੇ ਸੋਹਣ ਹਾਂ ਕਾਂਗਰਸ ਵੱਲੋਂ ਵੱਡੇ ਮਾਣ ਮੇਰੇ ਵੀਰ ਬੋਲਾਂ ਤੋਂ ਖੁਸ਼ ਆ ਕੇ ਆਏ ਨੇ ਟੋਲੇ ਹਾਂ ਕਾਂਗਰਸ ਵੱਲੋਂ ਵੱਡੇ ਮਾਣ ਆਏ ਨੇ ਤੇ ਸਿੰਧੀ ਹਾਂ ਕਾਂਗਰਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੱਗੀ ਹਾਂ ਕਾਂਗਰਸ ਲਾ ਦੀ ਰਾਜੂ ਬਾਕੀ ਸੋਹਣਾ ਖਿਡਾਰੀ ਮੇਰੇ ਵੀਰ ਇੱਕ ਵਿੱਚ ਗੱਲ ਹੋਵੇ ਲੋਕੀ ਤਾਂ ਪੁੱਛਦੇ ਸਰਨਾਵਾ ਇਸ ਰਾਜੂ ਵਰਗੇ ਮੇਰੇ ਪੁੱਤ ਜਨਮਦੀਆਂ ਮਾਵਾ ਰਾਜੂ ਵਰਗੇ ਮੇਰੇ ਪੁੱਤ ਜਨਮਦੀਆਂ ਨਾ ਸਾਹਮਣੇ ਜੀਵਨ ਯੂਐਸਏ ਇਸ ਨੌਜਵਾਨ ਜਾਫੀ ਰਾਜੂ ਦੇ ਲਈ 100 ਰੁਪਏ ਦੇ ਬੜੇ ਮਾਣ ਭੇਜਦੇ ਨੇ। ਜੀਵਨ ਯੂਐਸਏ ਇਸ ਨੌਜਵਾਨ ਜਾਫੀ ਰਾਜੂ ਦੇ ਲਈ ਬੜੇ ਮਾਣ ਭੇਜਦੇ ਨੇ। ਬਾਈ ਗੋਵਰ ਨੂੰ ਸੁਖਾ ਬਾਕੀ ਸਾਹਮਣੇ ਕੰਧ ਦੇ ਵੀ ਪਈ ਹੋਈ ਕਬੱਡੀ ਹੈ ਆਓ ਰਮਨਾ ਅੰਕ ਲੈ ਕੇ ਆਪਣੇ ਪਾਲੇ ਵੱਲ ਵਧੋ ਲਾੜੀ ਸਾਹਮਣੇ ਪਈ ਹੋਈ ਕਬੱਡੀ ਨਾਲ ਹੀ ਸਰਬਜੀਤ ਸਿੰਘ ਬੱਡੂ ਵਾਲਾ ਬੋਲਾ ਨੂੰ ਖੁਸ਼ ਹੋ ਕੇ ਵੱਡੇ ਮਾਣ ਦੇ ਚੁੱਕੇ ਹੈ। ਸਾਹਮਣੇ ਮੇਰੇ ਵੀਰੋ ਫਿਰ ਕਬੱਡੀ ਪੈਂਦੀ ਹੋਈ ਆਹ ਸੋਹਣੀ ਕਬੱਡੀ ਦੀ ਗੱਲ ਨਾਲ ਦੀ ਕਾਲਾ ਕਾਂਗੜ ਵਾਲਾ ਬੜਾ ਮਸ਼ਹੂਰ ਹੈ ਔਰ ਕਾਂਗੜ ਦੀ ਧਰਤੀ ਤੇ 31 ਜਨਵਰੀ 1-2 ਫਰਵਰੀ ਨੂੰ ਮਹਾਨ ਕਬੱਡੀ ਦਾ ਕੁੰਭ ਕਰਵਾਇਆ ਜਾ ਰਿਹਾ ਹੈ ਜ਼ਿਲ੍ਹਾ ਬਠਿੰਡਾ ਔਰ ਪਹਿਲਾ ਇਨਾਮ ਕਬੱਡੀ ਓਪਨ ਦਾ 41,000 ਇੱਕ ਬਾਰ 31,000 ਰੁਪਈਆ 72 ਕਿਲੋ 18,000 ਇੱਕ ਬਾਰ 15,000 ਰੁਪਈਆ 62 ਕਿਲੋ 12,000 ਤੇ 9,000 52 ਕਿਲੋ 6,000 ਤੇ 4500 35 ਕਿਲੋ 4500 ਤੇ 3500 ਦੇ ਰੂਪ ਵਿੱਚ ਦਸਤ ਦੇ ਤੇ ਜਾਫੀ ਨੂੰ ਵਿਸ਼ੇਸ਼ ਸਨਮਾਨ ਹੋਵੇਗਾ। ਖੋ ਪ੍ਰਮੋਟਰ ਜਗਦੀਸ਼ ਸਿੰਘ ਲੰਬੀ ਨੰਗਾ ਲਿੱਕੀ ਸਿੱਧੂ ਰਾਮਪੁਰ ਵਾਸਾ ਦੇ ਵੀਰ ਇਹ ਡੇਟਾ ਨੋਟ ਕਰ ਲਓ 21 ਜਨਵਰੀ 1-2 ਫਰਵਰੀ ਸਾਰੇ ਖਿਡਾਰੀਆਂ ਦੇ ਹੁਣ ਹਵਾ ਕੇ ਤੰਤਰ ਅਦਵਾਈ ਕਾਰਡ ਲੱਗੇ ਆਏ ਨੇ ਬਕਾਇਦਾ ਟੀਮਾਂ ਨੂੰ ਬੁੱਕ ਕਰਨ ਦੇ ਲਈ ਸਾਡੇ ਵੀਰ ਸਾਹਮਣੇ ਸ਼ੁਕਰ ਕਰਦਾ ਹੋਇਆ ਸਾਡਾ ਵੀਰ ਸੁਖ ਲਾਲ ਜੀ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਧਾ ਕਰੋ। ਕੰਡਰਾ ਦੀ ਟੀਮ ਡਾਕਟਰ ਸਿੰਘ ਜੀ ਜਿੱਤ ਗਈ ਹੈ ਇਹ ਨੋਟ ਕਰੋ। ਆ 100 ਰੁਪਇਆ ਮੇਰੇ ਕੋਲੇ ਹੈ ਆ ਜੀਵਨ ਯੂਐਸਏ ਦਾ 100 ਉੱਪਰ ਹੈ ਦੋ ਦੇ ਅਸੀਂ ਵੀਰ ਨੂੰ ਆ ਇੱਕ ਪਾਸੇ ਮੇਰੇ ਵੀਰੋ ਬਾਅਦ ਵਾਲੇ ਬਹੁਤ ਹੀ ਵਧੀਆ ਖਿਡਾਰੀ ਨੇ ਹਰ ਸੋਹਣੀ ਲਾਭ ਖਾਂਦੇ ਹੋਏ ਬਾਹਰ ਸਜਣਾ ਮੈਂ ਵੀ ਸਭ ਤੋਂ ਹੋਣ ਵਾਲੀ ਆ ਖੰਡਿਆਂ ਦੇ 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 ਆ ਕੇ ਪੁਆਇੰਟ ਖੁਸ਼ੀ ਰੰਦੀ 19-21 ਫਰਵਰੀ ਨੂੰ ਇਹ ਮੇਰੇ ਵੀਰੋ ਟੂਰਨਾਮੈਂਟ ਪਿੰਡ ਖੋਟੇ ਕਰਵਾਇਆ ਜਾ ਰਿਹਾ ਹੈ। 51,000 ਤੇ 35,000 ਦੀ ਜੰਗ ਕਬੱਡੀ ਓਪਨ 2 ਬਾਰ 75 ਕਿਲੋ 2 ਬਾਰ 21,000 15,000 52 ਕਿਲੋ 1 ਬਾਰ 8,000 6,000 42 ਕਿਲੋ ਨਰੋੜ 4,000 2500 ਓਪਨ ਦੇ ਵਿੱਚ ਰੇਂਡਰ ਤੇ ਜੱਟ ਜਾਫੀ ਨੂੰ ਫਰੇਜਾਂ ਨਾਲ ਸਨਮਾਨਿਤ ਹੋਵੇਗਾ। ਕਬੱਡੀ 15 ਕਿਲੋ ਦੇ ਵਿੱਚ ਰੇਂਡਰ ਦੇ ਵਿੱਚ ਜਾਫੀ ਨੂੰ ਟੀਵੀ ਸਨਮਾਨਿਤ ਕੀਤੇ ਜਾਣਗੇ। 19-21 ਖੋਟੇ ਲਾਜੀ ਸਾਹਮਣੇ ਪੈਂਦੀ ਹੋਈ ਕਬੱਡੀ ਹੈ ਬਾਕੀ ਸੋਹਣੇ ਮੈਚ ਜਿਹੜੇ ਦੇਖੇ ਜਾ ਰਹੇ ਨੇ ਔਰ ਸਾਹਮਣੇ ਮੇਰੇ ਵੀਰ ਪ੍ਰੈਸ਼ਰ ਹੱਥ ਦੇ ਵਿੱਚ ਜਿਹਦੇ ਪੱਤਾਂ ਵਿੱਚ ਜੋਰ ਜਿਹਦੇ ਪਾਉਣੇ ਚ ਜਾਨ ਹੋਵੇ ਖੇਡਦਾ ਕਬੱਡੀ ਸ਼ੇਰ ਦਾ ਸ਼ੈਤਾਨ ਹੋਵੇ ਜਿਹਦੇ ਪਾਉਣੇ ਚ ਜੋਰ ਜਿਹਦੇ ਪੱਤਾਂ ਵਿੱਚ ਜਾਨ ਹੋਵੇ। ਇਹ ਪੀਤੇ ਦਾ ਭਰਾ ਮਾਣੇ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ ਔਰ ਇੱਥੇ ਅਗਲੀਆਂ ਸਲਾਮਾਂ ਸਾਡੇ ਵੀਰ ਨਿੱਕੀ ਗੋਦੀ ਆਉਂਦੇ ਨੇ ਵੀ ਅਮਨ ਲੁੱਟੋ ਉਹਨੂੰ ਟਾਰੀ ਖਿੱਚ ਲਵੇ ਅਮਨ ਲੁੱਟੋ ਅਗਲੇ ਮੈਚ ਜਿਹੜਾ ਹੋਵੇਗਾ
महसूस कर इन्हों बातों के जो बोल मेरे नाल सांझे करेगा मेरा वीर अमर जिंदू जिन गैस की जो जरा साझे इन्होंने वीर ने बहुत बहुत धन्यवाद देव ज्ञान करे का भी लाभ सामने मेरे वीर राणा क्लब दब सोनी दब बाकी वजिया खेल कबूटर है सोनी सवती वाले शहीद भगत सिंह फरी क्लब लंटन वाले लाड़ी सामने धरती साधा भी दादर की धरती है कोशिश की अगली कबड्डी पांच दिन फिर वादा हुआ सा भी एक पास अमला साधा भी बड़ी अमला वो भी साढ़े दरम्यान पहुंचे अमला ना जी सामने पहनती हुई कबड्डी का मुल चार भरा ने एक पास बिटू है अब दूजे पास बड़ी सोन पप्पू गुड़ा हर रंग वाले सौ रुपया पानी का कर गए ने जिस नौजवान ने जफा लाया है इस गुरु जीवन यूएसए वालों सौ रुपए के वड्डे माने धन्यवाद करते हैं। हाँ जी सामने शेर ने कबड्डी तार दी है और दूजे पास रंग न रंग मिलने तकदीर मिलने वाली ने और पॉइंट शेर जट के हिस्से के विच जुड़ जाते हैं। चल भी परती कहते किसी की मजबूरी का कदे फायदा खाइएगा बिखे परखे बिना किसी को घरे बिठाइएगा यार जे घर विच ना होवे ने घर विच जाइएगा बड़े ताने मिने वजदे ने परती हर गल नु दिल ते नहीं लाइदा संजा करने की कोशिश की प्रति दे पर ना कामयाब हुए है आप एक पॉइंट जोड़ा यात्रियों के हिस्से के बीच मुड़ गया है आप सामने मेरे वीडियो फिर शेरा कबड्डी काम के लिए आगे बढ़ रहे हैं और अगरियां टीमें भी प्रवेश कर चुकी हैं सोलह मैच दिखाए जाने के लिए चेहरे के बीच शीर्षक रजी बारा ने चंद नंबर शहीद की धरती का शुष्क की कीमत लफा जहां जोड़ता हुआ गोल्डी
ਪਿੰਡ ਦਾ ਅਗਲੀ ਕਬੱਡੀ ਪਾਉਣ ਲਈ ਖੇਡ ਮੈਦਾਨ ਵਿੱਚ ਵਾਧਾ ਹੋਇਆ। ਚਾਰ ਜਾਂ ਫਿਰ ਵੀ ਬੁਲਕਾਰ ਦੀ ਸਿੱਖ ਹੈ ਪਰਲੀ ਗੱਲੀ ਤੇ ਬਾਬਾ ਸ਼ੂਰਦਾ जीवन।